ਨਾਭਾ ਦੇ ਸਿਵਲ ਹਸਪਤਾਲ ਵਿੱਚ ਡੀ ਕਲਾਸ 4 ਐਮਪਲਾਈਜ਼ ਯੂਨੀਅਨ ਪੰਜਾਬ ਪੈਰਾਮੈਡੀਕਲ ਵੱਲੋਂ ਸੀਨੀਅਰ ਆਗੂ ਦੀਪ ਚੰਦ ਅਤੇ ਪ੍ਰਧਾਨ ਆਕਾਸ਼ਦੀਪ ਦੀ ਅਗਵਾਈ ਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 10-15 ਸਾਲਾਂ ਤੋਂ ਕਰਮਚਾਰੀ, ਸਫਾਈ ਸੇਵਕ, ਵਾਰਡ ਅਟੈਂਡੈਂਟ, ਚੌਕੀਦਾਰ, ਮਾਲੀ ਕਰਮਚਾਰੀ ਨੂੰ ਪੱਕੇ ਕੀਤਾ ਜਾਵੇ ਅਤੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕੀਤੀ ਜਾਵੇ ਅਤੇ ਪਿਛਲੇ 148 ਮਹੀਨਿਆਂ ਦੀਆਂ ਡੀਏ ਕਿਸ਼ਤਾਂ ਉਹਨਾਂ ਦਾ ਬਕਾਇਆ ਨਕਦ ਦਿੱਤਾ ਜਾਵੇ ਅਤੇ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ 1-4-2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਡੀਸੀ ਰੇਟ 'ਤੇ ਬਣਦੀਆਂ ਤਨਖਾਹਾਂ ਸਮੁੱਚੇ ਕਰਮਚਾਰੀਆਂ ਨੂੰ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਸਿਹਤ ਮਹਿਕਮੇ ਵਿੱਚ ਕੋਰੋਨਾ ਯੋਧੇ, ਪੈਰਾਮੈਡੀਕਲ ਵਿੱਚ ਸਾਰੇ ਕੱਚੇ ਕੰਮਾਂ ਨੂੰ ਪੱਕਾ ਕੀਤਾ ਜਾਵੇ। ਪੰਜਾਬ ਜੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੰਚ ਵੱਲੋਂ ਹੈ ਜਿਹੜਾ ਉਹ ਕਾਲ ਦਿੱਤੀ ਗਈ ਸੀ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ ਦੀ ਅਤੇ 29 ਤਰੀਕ ਦੀ ਹੈ ਜਿਹੜੀ ਉਹ ਪਟਿਆਲੇ ਵਿਖੇ ਰੈਲੀ ਕਰਨ ਦੀ। ਸਾਰੀਆਂ ਜਥੇਬੰਦੀਆਂ ਨੇ, ਸਿਵਲ ਹਸਪਤਾਲ ਦੀਆਂ, ਪੈਰਾਮੈਡੀਕਲ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਸ ਮੰਚ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਸ਼ਾਮਿਲ ਹੋ ਕੇ ਅੱਜ ਪੂਰਨ ਜਿਹੜੀ ਹੜਤਾਲ ਕੀਤੀ ਹੈ, ਅੱਜ ਸਾਰੇ ਵਿੰਗਾਂ ਦਾ ਜਿਹੜਾ ਕੰਮ ਠੱਪ ਕੀਤਾ ਹੈ। ਇਹਦਾ ਰੀਜ਼ਨ ਇਹ ਹੈ ਕਿ ਪੇ ਕਮਿਸ਼ਨ ਜੋ ਪਿਛਲੇ ਸਮੇਂ ਦੇ ਵਿੱਚ ਗਵਰਨਮੈਂਟ ਨੇ ਬਿਠਾਇਆ ਸੀ ਅਤੇ ਉਹਦੇ ਤੋਂ ਅਸੀਂ ਬਿਲਕੁਲ ਸੰਤੁਸ਼ਟ ਨਹੀਂ। ਉਹਨੇ ਸਾਨੂੰ ਦੇਣਾ ਤਾਂ ਕੀ ਸੀ, ਉਹਨੇ ਸਾਨੂੰ ਜਿਹੜਾ ਘਾਟਾ ਪਾ ਦਿੱਤਾ। ਉਹ ਪੇ ਕਮਿਸ਼ਨ ਹੈ ਵੀ ਨਹੀਂ, ਕਿਉਂਕਿ ਇਹ ਪੇ ਕਮਿਸ਼ਨ ਇਹ ਕਹਿਤਾ ਜਿਹੜਾ 1-1-2006 ਦਾ ਪੇ ਕਮਿਸ਼ਨ ਦੀ ਉਹ ਮੁਲਾਜ਼ਮਾਂ 'ਤੇ ਜਿਹੜਾ ਲਾਗੂ ਕੀਤਾ ਗਿਆ, ਸਾਨੂੰ ਉਹਦੇ 'ਚ ਜਿਹੜਾ ਪੱਤਿਆਂ 'ਤੇ ਕੱਟ ਲਾਇਆ ਗਿਆ। ਸਾਡੀ ਕਿਸੇ ਵੀ ਗੱਲ ਨੂੰ ਸੁਣਿਆ ਨਹੀਂ ਗਿਆ, ਕਿਸੇ ਅਪੀਲ ਦਲੀਲ ਨੂੰ ਕੋਈ ਨਹੀਂ ਸੁਣਿਆ ਗਿਆ। ਜੋ ਸਰਕਾਰ ਨੇ ਕਿਹਾ ਪੇ ਕਮਿਸ਼ਨ ਨੇ ਉਹ ਰਿਪੋਰਟ ਆ ਜਿਹੜੀ ਤਿਆਰ ਕਰਕੇ ਉਹਨਾਂ ਨੂੰ ਦੇ ਦਿੱਤੀ ਆ। ਜੋ ਸਾਨੂੰ ਪਿਛਲੇ ਸਮੇਂ ਸਾਡੀਆਂ ਤਰੁੱਟੀਆਂ ਰਹਿ ਗਈਆਂ ਸੀ 1-1-6 ਦੇ ਵਿੱਚ, ਪੰਜਾਬ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਜਾਰੀ ਕੀਤੀ ਜਾਵੇ, ਨਹੀਂ ਤਾਂ ਉਹਦਾ ਮੁਖਿਆਜਾ ਭੁਗਤਣ ਵਾਸਤੇ ਤਿਆਰ ਬਰ ਤਿਆਰ ਰਹੇ। ਕਿਉਂਕਿ ਸਾਡੇ ਸਾਥੀਆਂ ਦੇ ਵਿੱਚ ਬਹੁਤ ਜੋਸ਼ ਭਰਿਆ ਪਿਆ ਹੈ, ਉਹ ਕਹਿ ਰਹੇ ਨੇ ਵੀ ਸਾਨੂੰ ਪੰਜਾਬ ਸਰਕਾਰ ਤੋਂ ਹਰ ਹਾਲਤ ਵਿੱਚ ਅਸੀਂ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਜਲਦੀ ਤੋਂ ਜਲਦੀ ਲਾਗੂ ਕਰਵਾਉਣ ਦੀ ਉਹ ਆਪਦੇ ਵਿੱਚ ਕਾਬੀਅਤ ਰੱਖਦੇ ਹਨ। ਇਸ ਲਈ ਕੱਲ੍ਹ ਦਾ ਪ੍ਰੋਗਰਾਮ ਹੈ ਜਿਹੜਾ ਬੜੇ ਜੋਸ਼ ਨਾਲ ਨਾਭੇ ਦੇ ਵਿੱਚ ਕੀਤਾ ਜਾਊਗਾ, ਰੈਲੀ ਕੀਤੀ ਜਾਣੀ ਹੈ ਬਹੁਤ ਵੱਡੇ ਪੱਧਰ 'ਤੇ। ਨਿਯਮਾਂ ਵਿੱਚ ਰਹਿ ਕੇ ਸਾਥੀ ਔਰ ਰੈਲੀ 'ਚ ਸਹਿਯੋਗ ਕਰਨਗੇ। ਮੈਂ ਸਰਕਾਰ ਨੂੰ ਫਿਰ ਦੁਬਾਰਾ ਇਹ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਜਲਦੀ ਤੋਂ ਜਲਦੀ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਅਤੇ ਜਲਦੀ ਤੋਂ ਜਲਦੀ ਉਹਨੂੰ ਲਾਗੂ ਕਰੇ ਤਾਂ ਕਿ ਇਹ ਜਿਹੜਾ ਇਹ ਵੱਡਾ ਹਮਲਾ ਹੋਣ ਜਾ ਰਿਹਾ ਹੈ ਇਹਨੂੰ ਰੋਕਿਆ ਜਾ ਸਕੇ। ਮੈਂ ਇਹ ਤੁਹਾਡੇ ਮੀਡੀਆ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੀ ਸਾਡੀ ਆਵਾਜ਼ ਉੱਚੀ ਚੁੱਕਦੇ ਨੇ, ਅੱਗੇ ਲੈ ਕੇ ਜਾਂਦੇ ਨੇ। ਕੱਲ੍ਹ ਦੀ ਰੈਲੀ ਦੇ ਵਿੱਚ ਸਾਰੇ ਸਾਥੀ ਪੁੱਜਣਗੇ ਅਤੇ ਵੱਧ ਤੋਂ ਵੱਧ ਜੋਸ਼ ਹੈ ਉਹਨਾਂ ਦੇ ਵਿੱਚ। ਸਰਕਾਰ ਦੀ ਇਹ ਪੂਰੀ ਆਪਣੀ ਜ਼ਿੰਮੇਵਾਰੀ ਹੋਵੇਗੀ, ਜਿਵੇਂ ਸਾਡੀ ਯੂਨੀਅਨ ਉੱਤੋਂ ਸਾਨੂੰ ਸੱਦਾ ਆਉਂਦਾ ਹੈ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਪੂਰੇ ਜੋਸ਼ ਨਾਲ ਖੜ੍ਹੇ ਹਾਂ, ਹੋਸ਼ ਨਾਲ ਖੜ੍ਹੇ ਹਾਂ, ਨਿੰਮਾਂ 'ਚ ਰਹਿ ਕੇ ਕੱਲ੍ਹ ਦੀ ਬੜੀ ਵੱਡੀ ਰੈਲੀ ਕਰਨ ਜਾ ਰਹੇ ਹਾਂ। ਧੰਨਵਾਦ। ਸਭ ਨਾਲੋਂ ਪਹਿਲਾਂ ਤਾਂ ਮੈਂ ਦੀਪ ਚੰਦ ਹੰਸ, ਜ਼ਿਲ੍ਹਾ ਚੇਅਰਮੈਨ ਸੁਸ਼ੀਲ ਪ੍ਰਧਾਨ ਨਾਭਾ ਬੋਲ ਰਿਹਾ, ਕਿਉਂਕਿ ਲਗਾਤਾਰ 4.5 ਸਾਲ ਹੋ ਗਏ ਸਾਨੂੰ ਕਲਾਸ 4 ਨੂੰ ਸੰਘਰਸ਼ ਕਰਦਿਆਂ ਨੂੰ, ਬਹੁਤ ਸੰਘਰਸ਼ ਕੀਤਾ ਅਸੀਂ ਅਤੇ ਹੁਣ ਜਦੋਂ ਨੇੜੇ ਲੱਗਿਆ ਪੇ ਕਮਿਸ਼ਨ ਦੀ ਰਿਪੋਰਟ ਦਾ ਸਮਾਂ ਆਇਆ ਸਾਡੇ ਸਾਹਮਣੇ, ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਬਣਿਆ ਪੰਜਾਬ ਅਤੇ ਯੂਟੀ ਦਾ, ਔਰ ਫੈਡਰੇਸ਼ਨ ਦੇ ਝੰਡੇ ਨੀਚੇ ਅਤੇ ਸਾਂਝੇ ਫਰੰਟ ਦੇ ਨੀਚੇ ਅਸੀਂ ਕੰਮ ਕਰ ਰਹੇ ਹਾਂ। ਜਿਹੜੀਆਂ ਰੈਲੀਆਂ ਮੁਜ਼ਾਹਰੇ ਚੱਲ ਰਹੇ ਹਨ ਆ ਫਰੰਟ ਹੈ ਸਾਡਾ ਇਹ, ਅਤੇ ਇਹ ਜਿਹੜਾ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਸਾਡਾ, ਸਾਡੇ ਨਾਲ ਜਿਹੜੀਆਂ ਅਸੀਂ ਆਸਾਂ ਤੱਕੀਆਂ ਪੈਣਾ ਸੀ ਪੰਜਾਬ ਸਰਕਾਰ ਤੋਂ, ਉਹ ਸਾਡੀਆਂ ਆਸਾਂ ਦੇ ਉੱਪਰ ਸਾਰਾ ਪਾਣੀ ਫਿਰ ਗਿਆ। ਜਿਹੜੀਆਂ ਡਿਮਾਂਡਾਂ ਦੀਆਂ, ਜਿਵੇਂ ਸਾਡੇ ਬੰਦਿਆਂ ਨੂੰ 15-15-20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਉਹਨਾਂ ਨੂੰ ਜਿੱਥੇ ਪੱਕੇ ਕਰਨ ਵਾਲੀ ਗੱਲ ਆਉਂਦੀ ਹੈ, ਔਰ ਇਹਨਾਂ ਕੰਮ ਕਰੋਨਾ ਦੇ ਵਿੱਚ ਕੀਤਾ ਸਾਡੇ ਕਲਾਸ 4 ਨੇ, ਦਰਜਾ 4 ਨੇ, ਜਿਵੇਂ ਸਾਡੇ ਹਸਪਤਾਲ ਦੇ ਵਿੱਚ ਦਰਜਾ 4 ਸਫਾਈ ਸੇਵਕ ਕੰਮ ਕੀਤਾ ਇਹਨਾਂ ਨੇ, ਸਾਡੇ ਪੂਰੇ ਪੈਰਾਮੈਡੀਕਲ ਨੇ ਕੰਮ ਕੀਤਾ। ਬਜਾਏ ਇਹਨਾਂ ਨੂੰ ਕੁਛ ਸ਼ਾਬਾਸ਼ੀ ਦੇਣ ਦੀ ਬਜਾਏ, ਕੁਛ ਵੱਧ ਦੇਣ ਦੀ ਬਜਾਏ, ਸਨਮਾਨ ਕਰਨ ਦੀ ਬਜਾਏ ਇਹਨਾਂ ਦੇ ਸਾਰੇ ਭੱਤੇ ਖੋਲ੍ਹੇ, ਅਤੇ ਜੋ ਇਹਨਾਂ ਨੇ ਐਕਟ 2016 ਦਾ ਕੰਡਮ ਕਰਕੇ 20 ਦਾ ਤਿਆਰ ਕੀਤਾ ਆ ਵੈਲਫੇਅਰ ਐਕਟ, ਉਹਦੇ ਵਿੱਚ ਕੁਛ ਨਹੀਂ ਹੈਗਾ ਦੇਣੇ ਲੈਣੇ ਨੂੰ। ਅਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡੇ ਜਿਹੜੇ ਕੱਚੇ ਕਰਮਚਾਰੀ ਆ, ਸਫਾਈ ਸੇਵਕ, ਸੀਵਰਮੈਨ, ਵਾਰਡ ਅਟੈਂਡੈਂਟ, ਚੌਂਕੀਦਾਰ, PN ਜੋ ਵੀ ਹੈ, ਇਹਨਾਂ ਨੂੰ ਪੱਕੇ ਕੀਤਾ ਜਾਵੇ। ਮੰਗਾਂ ਇਹੀ ਨੇ ਜੀ। ਮੈਂ ਆਕਾਸ਼ਦੀਪ ਸਿੰਘ, ਪ੍ਰਧਾਨ ਸਿਵਲ ਹਸਪਤਾਲ ਨਾਭਾ, ਮੈਂ ਇਹੀ ਮੰਗਾਂ ਕਰਦਾ ਜੀ। ਸਾਡੇ ਕੱਚੇ ਮੁਲਾਜ਼ਮ ਜਿਹੜੇ 2-2 ਸਾਲ ਹੋ ਗਏ ਕਰੋਨਾ ਮਹਾਮਾਰੀ ਦੇ ਵਿੱਚ ਕੰਮ ਕਰਦਿਆਂ ਨੂੰ, ਉਹਨਾਂ ਨੂੰ ਤਨਖਾਹ ਦੇਣ ਦੀ ਥਾਂ 'ਤੇ ਇਹ ਪੂਰਾ DC ਰੇਟ ਵੀ ਨਹੀਂ ਦੇ ਰਹੇ।
ਅਸੀਂ ਇਹੀ ਸਰਕਾਰ ਤੋਂ ਅਪੀਲ ਕਰਦੇ ਹਾਂ, ਇਹਨਾਂ ਨੂੰ ਪੱਕੇ ਦਾ ਕੀ ਕਰਨਾ ਸੀ, ਇਹਨਾਂ ਨੂੰ ਪੂਰਾ ਡੀਸੀ ਰੇਟ ਵੀ ਨਹੀਂ ਦਿੱਤਾ ਜਾਂਦਾ। ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ, ਜਿਹੜੀਆਂ ਪੁਰਾਣੀਆਂ ਪੈਨਸ਼ਨ ਸਕੀਮ 2004 ਤੋਂ ਪਹਿਲਾਂ ਸੀਗੀ ਉਹ ਬਹਾਲ ਕੀਤੀ ਜਾਵੇ ਅਤੇ ਸਾਡੇ ਬਣਦੇ ਹੱਕ ਸਾਨੂੰ ਦਿੱਤੇ ਜਾਣ। 148 ਮਹੀਨੇ ਦਾ ਜਿਹੜਾ ਸਾਨੂੰ ਡੀਏ ਦੀਆਂ ਕਿਸ਼ਤਾਂ ਹੈਗੀਆਂ ਉਹ ਨਕਦ ਦਿੱਤੀਆਂ ਜਾਣ, ਸਾਡੀ ਡਿਮਾਂਡ ਤੋਂ ਇਹੀ ਉਮੀਦ ਹੈ ਅਤੇ ਇਹੀ ਸਾਡੀ ਮੰਗ ਹੈ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।